ਸਤਿ ਸ਼੍ਰੀ ਅਕਾਲ ਜੀ। 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ। ਦਿੱਲੀ ਹਾਈ ਕੋਰਟ ਦੇ ਵਿੱਚ ਅੱਜ ਇੱਕ ਕੇਸ ਲੱਗਿਆ ਸੀ ਤਾਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹ ਕਿਹਾ ਕਿ ਐਡਾ ਵੱਡਾ ਨਰਸਿੰਗਾਰ ਹੋਇਆ ਐਂਡ ਨੇਸ਼ਨ ਇਜ਼ ਸਟਿਲ ਬਲੀਡਿੰਗ। ਐਡੀ ਇੱਥੋਂ ਐਡੀ ਵੱਡੀ ਗੱਲ ਜੋ ਚੀਫ ਜਸਟਿਸ ਨੇ ਅੱਜ ਇਹ ਗੱਲ ਕਹੀ ਆ। ਇਹ ਇੱਕ SHO ਜਿਹੜਾ ਉਹਨਾਂ ਦਿਨਾਂ ਦੇ ਵਿੱਚ ਇੱਥੇ ਦਿੱਲੀ ਦੇ ਵਿੱਚ SHO ਸੀ, ਉਸਦੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ, ਬਲਕਿ ਮੌਬ ਦੀ ਸਪੋਰਟ ਕੀਤੀ ਉਹਦੇ ਐਲੀਗੇਸ਼ਨ ਉਹਦੇ ਖਿਲਾਫ, ਅਤੇ ਉਹਦੇ ਅਗੇਂਸਟ ਡਿਸਪਲੀਨਰੀ ਪ੍ਰੋਸੀਡਿੰਗ ਚੱਲ ਰਹੀਆਂ ਸੀ ਅਤੇ ਉਹਨੂੰ ਡਿਸਮਿਸ ਕੀਤਾ। ਅਤੇ ਉਹਦੇ ਖਿਲਾਫ ਪਹਿਲਾਂ ਉਹ ਗਿਆ ਸੀ ਕੈਟ ਵਿੱਚ, ਉੱਥੇ ਕਾਫੀ ਦੇਰ ਕੇਸ ਪੈਂਡਿੰਗ ਰਿਹਾ, ਹੁਣ ਦਿੱਲੀ ਹਾਈ ਕੋਰਟ ਉਹ ਆਇਆ ਸੀ। ਦਿੱਲੀ ਹਾਈ ਕੋਰਟ ਦੇ ਵਿੱਚ ਉਹ ਕੇਸ ਦੀ ਸੁਣਵਾਈ ਅੱਜ ਹੋਈ ਅਤੇ ਅੱਜ ਉਹਦੇ ਵਕੀਲ ਨੇ ਆਰਗੂ ਕੀਤਾ ਕਿ ਹੁਣ ਤਾਂ ਉਹ ਤਕਰੀਬਨ 80 ਸਾਲ ਦਾ ਹੋ ਗਿਆ ਅਤੇ ਹੁਣ ਤਾਂ ਉਸਦੇ ਅਗੇਂਸਟ ਇਹਨੂੰ ਇਹ ਪ੍ਰੋਸੀਡਿੰਗ ਖਤਮ ਕੀਤੀਆਂ ਜਾਣ ਅਤੇ ਉਹਨੂੰ ਉਹਦੇ ਕੋਈ ਸਜ਼ਾ ਨਾ ਦਿੱਤੀ ਜਾਵੇ। ਅਤੇ ਚੀਫ ਜਸਟਿਸ ਨੇ ਕਿਹਾ ਚਾਹੇ 100 ਸਾਲ ਦਾ ਹੋ ਜੇ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ, ਐਡਾ ਵੱਡਾ ਨਰਸਿੰਗਾਰ ਹੋਇਆ, ਇੰਨੇ ਲੋਕਾਂ ਦਾ ਕਤਲੇਆਮ ਹੋਇਆ ਅਤੇ ਬਿਲਕੁਲ ਕੋਈ ਇਸ ਤਰ੍ਹਾਂ ਦਾ ਇਹਨੂੰ ਇਹਦੇ 'ਤੇ ਕਿਸੇ ਤਰ੍ਹਾਂ ਦੀ ਇਹ ਲੀਨੀਐਂਸੀ ਨਹੀਂ ਵਰਤੀ ਜਾਣੀ ਚਾਹੀਦੀ। ਅਤੇ ਇਹ ਕਹਿ ਕੇ ਚੀਫ ਜਸਟਿਸ ਨੇ ਉਹ ਕੇਸ ਨੂੰ ਅੱਜ ਡਿਸਮਿਸ ਕਰ ਦਿੱਤਾ, ਉਹਦੀ ਪਟੀਸ਼ਨ ਨੂੰ, ਤਾਂ ਕਿ ਜਿਹੜੀ ਉਹਨੂੰ ਸਜ਼ਾ ਹੈ ਉਹਨੂੰ ਬਰਕਰਾਰ ਕੀਤੀ ਹੈ। ਅੱਜ ਦੀ ਇਹ ਡਿਵੈਲਪਮੈਂਟ ਵੱਡੀ ਤਾਂ ਵੀ ਆ ਕਿਉਂਕਿ ਸੱਜਣ ਕੁਮਾਰ ਦੇ ਖਿਲਾਫ ਇੱਕ ਹੋਰ ਕਤਲ ਦਾ ਮੁਕੱਦਮਾ ਜਿਹਦੇ 'ਚ ਆਰਗੂਮੈਂਟ ਪਰਸੋਂ ਸ਼ੁਰੂ ਹੋਣੇ ਆ, ਬੁੱਧਵਾਰ ਨੂੰ ਉਹਦੇ 'ਚ ਆਰਗੂਮੈਂਟ ਸ਼ੁਰੂ ਹੋਣੇ ਆ। ਇਹ 2 ਕੇਸ ਸੀਗੇ ਸੱਜਣ ਕੁਮਾਰ ਦੇ ਖਿਲਾਫ, ਜਿਹੜਾ ਇੱਕ ਦਿੱਲੀ ਕੈਂਟ ਦਾ, ਇੱਕ ਸੁਲਤਾਨਪੁਰੀ ਥਾਣੇ ਦਾ। ਜਿਹੜਾ ਦਿੱਲੀ ਕੈਂਟ ਦਾ ਕੇਸ ਸੀਗਾ ਉਹਦੇ ਵਿੱਚ ਇਹਨੂੰ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ ਅਤੇ ਅਜੇ ਵੀ ਜੇਲ੍ਹ ਵਿੱਚ ਬੈਠਾ ਅਤੇ ਇਹ ਉਹਦੀ ਜ਼ਮਾਨਤ ਵੀ ਨਹੀਂ ਹੋਈ ਅਤੇ ਸੁਪਰੀਮ ਕੋਰਟ 'ਚੋਂ ਕੇਸ ਪੈਂਡਿੰਗ ਪਿਆ। ਇਹ ਦੂਜਾ ਕੇਸ ਆ ਸੁਲਤਾਨਪੁਰੀ ਦਾ ਕੇਸ। ਇਹ ਸੁਲਤਾਨਪੁਰੀ ਦਾ ਕੇਸ ਵੀ ਉਹਦੇ ਨਾਲ ਹੀ ਜਦੋਂ ਚੱਲ ਰਿਹਾ ਸੀ ਅਤੇ ਇਹਦੇ 'ਚ ਗਵਾਹੀਆਂ ਸ਼ੁਰੂ ਹੋਈਆਂ ਜਦੋਂ ਉਹ ਕੇਸ ਪਹਿਲਾ ਕੇਸ ਦੇ ਵਿੱਚ ਫੈਸਲਾ ਆ ਗਿਆ ਉਸ ਤੋਂ ਮਗਰੋਂ। ਔਰ ਇਸ ਕੇਸ 'ਚ ਵੀ ਬੜੇ ਉਤਰਾਅ ਚੜ੍ਹਾ ਰਹੇ, ਵਿੱਚ ਦੀ ਇੱਕ ਵਾਰੀ ਇੱਕ ਗਵਾਹ ਸ਼ੀਲਾ ਕੌਰ ਉਹਦੀ ਗਵਾਹੀ ਚੱਲ ਰਹੀ ਸੀ, ਇੱਕ ਜੱਜ ਵਿੱਚ ਐਸਾ ਆ ਗਿਆ ਉਹ ਸ਼ੀਲਾ ਕੌਰ ਬਿਲਕੁਲ ਅਨਪੜ੍ਹ ਲੇਡੀ, ਲੋਕਾਂ ਦੇ ਘਰਾਂ ਵਿੱਚ ਬਰਤਨ ਸਾਫ਼ ਕਰ ਕਰਕੇ ਆਪਣਾ ਕੰਮ ਕਰ ਰਹੀ ਆ ਅਤੇ ਉਹ ਜਦੋਂ ਉਹ ਬੋਲੇ ਜੱਜ ਨੂੰ ਸਮਝ ਨਾ ਆਵੇ, ਜੱਜ ਉਹਨੂੰ 2-3 ਵਾਰੀ ਸਵਾਲ ਪੁੱਛੇ, ਜਦੋਂ ਮੁਲਜ਼ਮ ਦੇ ਹੱਕ ਵਿੱਚ ਕੋਈ ਗੱਲ ਕਹਿ ਦੇ ਤਾਂ ਉਦੋਂ ਉਹ ਰਿਕਾਰਡ ਕਰ ਲਏ। ਅਤੇ ਅਸੀਂ ਉੱਥੇ ਬੜਾ ਰੌਲਾ ਪਿਆ, CBI ਦੇ ਵਕੀਲਾਂ ਨੇ ਵੀ ਬਹੁਤ ਜੱਜ ਨੂੰ ਕਿਹਾ ਪਰ ਉਹ ਜੱਜ ਬਿਲਕੁਲ ਨਹੀਂ ਮੰਨਿਆ। ਅਸੀਂ ਫਿਰ ਉਦੋਂ ਬਾਅਦ ਕੀਤਾ, ਮੈਂ ਜਾ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਉਹਦੇ ਵਿੱਚ ਮੈਂ ਆਪਣਾ ਐਫੀਡੇਵਿਟ ਲਾਇਆ ਕਿ ਜੋ ਇਹ ਗਵਾਹ ਸ਼ੀਲਾ ਕੌਰ ਕਹਿ ਰਹੀ ਆ ਜੱਜ ਉਹ ਨਹੀਂ ਲਿਖ ਰਿਹਾ, ਬਲਕਿ ਜੱਜ ਜੋ ਇਹ ਮੁਲਜ਼ਮਾਂ ਦੇ ਫਾਇਦੇ, ਸੱਜਣ ਕੁਮਾਰ ਦੇ ਫਾਇਦੇ ਜਾਂਦਾ ਉਹ ਲਿਖ ਰਿਹਾ। ਤੋ ਇੱਥੇ ਉਹ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਅਤੇ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ CBI ਦਾ ਜੋ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਆ ਉਹ ਐਫੀਡੇਵਿਟ ਫਾਈਲ ਕਰੇ, ਆਪਣਾ ਪਰਸਨਲ ਐਫੀਡੇਵਿਟ। ਤਾਂ DP ਸਿੰਘ ਉਹ 'ਚ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸੀਗੇ, DP ਸਿੰਘ ਨੇ ਆਪਣਾ ਐਫੀਡੇਵਿਟ ਫਾਈਲ ਕੀਤਾ ਕਿ ਗੱਲ ਬਿਲਕੁਲ ਸਹੀ ਆ, ਉਹ ਜੱਜ ਤਰੋੜ ਬਰੋੜ ਕੇ ਲਿਖ ਰਿਹਾ ਅਤੇ ਜੋ ਮੁਲਜ਼ਮ ਦੇ ਫਾਇਦੇ 'ਚ ਉਹ 'ਚ ਹੀ ਲਿਖ ਰਿਹਾ। ਅਤੇ ਹਾਈ ਕੋਰਟ ਦੇ ਇੱਥੇ ਜੱਜ ਨੂੰ ਬੜਾ ਗੁੱਸਾ ਆਇਆ ਉਸ ਗੱਲ 'ਤੇ, ਉਹਨਾਂ ਨੇ ਇਮੀਡੀਏਟਲੀ ਕੇਸ ਉਹਦੇ ਕੋਲ ਟ੍ਰਾਂਸਫਰ ਕੀਤਾ। ਟ੍ਰਾਂਸਫਰ ਕਰਕੇ ਇਹ ਵੀ ਆਰਡਰ ਕੀਤੇ ਅੱਗੇ ਤੋਂ ਜਿੰਨੀਆਂ ਗਵਾਹੀਆਂ ਹੁਣ ਸਾਰੀਆਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ। ਉਹ ਫਿਰ ਥੋੜ੍ਹੀਆਂ ਲੇਟ ਹੋ ਗਈਆਂ, ਕਰੋਨਾ ਦੇ ਕਰਕੇ ਗਵਾਹੀਆਂ ਲੇਟ ਹੋ ਗਈਆਂ, ਉਹ ਗਵਾਹੀਆਂ ਹੁਣ ਪੂਰੀਆਂ ਹੋ ਗਈਆਂ। ਉਹਦੇ ਵਿੱਚ 4 ਪੀੜਿਤ ਨੇ ਗਵਾਹ, ਸ਼ੀਲਾ ਕੌਰ ਅਤੇ ਜੁਗਿੰਦਰ ਸਿੰਘ, ਚਾਮ ਕੌਰ, ਪ੍ਰੇਮ ਕੌਰ, ਉਹਨਾਂ ਨੇ ਬੜੀ ਠੋਕ ਕੇ ਸੱਜਣ ਕੁਮਾਰ ਦੇ ਖਿਲਾਫ ਗਵਾਹੀ ਦਿੱਤੀ ਹੈ ਅਤੇ ਪਰਸੋਂ ਤੋਂ ਉਹਦੇ 'ਚ ਹੁਣ ਫਾਈਨਲ ਆਰਗੂਮੈਂਟ ਸ਼ੁਰੂ ਹੋਣੇ ਆ। ਸਾਨੂੰ ਪੂਰੀ ਉਮੀਦ ਆ ਕਿ ਦੂਜੇ ਕੇਸ ਦੇ ਵਿੱਚ ਵੀ ਸੱਜਣ ਕੁਮਾਰ ਨੂੰ ਸਜ਼ਾ ਹੋਵੇਗੀ। ਹੁਣ ਅੱਜ ਦੇ ਜਿਹੜੇ ਰਿਮਾਰਕ ਕੇ ਚੀਫ ਜਸਟਿਸ ਦੇ ਬਹੁਤ ਇੰਪੋਰਟੈਂਟ ਆ, ਕਿਉਂਕਿ ਉਹ ਸੱਜਣ ਕੁਮਾਰ ਦੇ ਵਕੀਲ ਕਹਿੰਦੇ ਆ ਜੀ ਇੰਨੇ ਸਾਲ ਹੋ ਗਏ ਜੀ, ਹੁਣ ਤਾਂ 36 ਸਾਲ ਹੋ ਗਏ ਜੀ, ਹੁਣ ਤੁਸੀਂ ਇਹਨੂੰ ਰਹਿਣ ਦਿਓ ਜੀ, ਭੁੱਲ ਜਾਓ ਜੀ, 38 ਸਾਲ ਹੋ ਗਏ, ਬਲਕਿ ਇਹੀ ਜੀ ਗੱਲ ਉਹ ਚੀਫ ਜਸਟਿਸ ਦੇ ਰਿਮਾਰਕ ਆ ਜੋ ਨੇਸ਼ਨ ਇਜ਼ ਸਟਿਲ ਬਲੀਡਿੰਗ ਐਂਡ ਬਿਲਕੁਲ ਸਹੀ ਆ, ਇਸ ਨੇਸ਼ਨ ਇਜ਼ ਸਟਿਲ ਬਲੀਡਿੰਗ, ਐਡਾ ਵੱਡਾ ਨਰਸਿੰਗਾਰ ਔਰ ਦੋਸ਼ੀਆਂ ਨੂੰ ਪੂਰੀ ਤਰ੍ਹਾਂ ਸਜ਼ਾ ਵੀ ਨਹੀਂ ਮਿਲੀ ਔਰ ਇਹਦੇ ਵਿੱਚ ਜਿਹੜਾ ਦੂਜਾ ਮੁਲਜ਼ਮ ਆ ਉਹਦੇ ਨਾਲ ਸੱਜਣ ਕੁਮਾਰ ਦੇ ਨਾਲ ਜਿਹੜਾ ਦੂਜਾ ਮੁਲਜ਼ਮ ਆ ਬ੍ਰਹਮਾਨੰਦ ਗੁਪਤਾ, ਔਰ ਉਹ ਮੈਂ ਤੁਹਾਨੂੰ ਦੱਸਾਂ ਉਹ ਮੁਲਜ਼ਮ ਨੇ ਬਲਕਿ ਐਸੇ ਐਸੇ ਘਰੋਣੇ ਕੰਮ ਕੀਤੇ ਆ। ਇੱਕ ਲੜਕੀ ਦੀ ਮੈਰਿਜ ਸੀ, ਉਸ
लड़की दे 1 नवंबर नू मैरिज सी, सारे रिश्तेदार कट्ठे हुए हुए। 1 नवंबर नू सवेरे इन्होंने उसके घर हमला किया। वो लड़की का प्यो, चाचा, ताया, दादा, नाना, मामा, फुफड़, मासड़, 9 बंदे 9 जी करते इन्होंने मारे। तो वह कुड़ी नू व्याह व्याह ली कुड़ी नू चुके लै गए, उन्हें चुके लै गए। 3 दिन बाद वो कुड़ी वापस आई तो अद्धी पागल हुई भी सी। ये ब्रह्मनंद गुप्ता का नाम वो लड़की की माँ ने लिया और उन्हें कहा कि ब्रह्मनंद गुप्ता उन्होंने मारने विच सी, ते नाले इहो सी जिहड़ा कि कुड़ी नू चुके लै गया। इहो जिहे धंधे अजे तक खुले फिरते आ, तो किवें असीं चुप करके बैठ जाइए। इस करके ये केस भी बहुत जरूरी आ। ये सज्जन कुमार के नाल ब्रह्मनंद गुप्ता भी ये मुलजम आ, तो वह परसों तो वह केस की सुनवाई शुरू होनी है, डेट टू डे चलनी है, तुहानू उहदे बारे दस रहांगे। पर अज वाली डिवेलपमेंट है जिहड़ी बहुत वधिया बड़ा, तो मैनू अज बल्कि होर भी तसली इस गल की हुई कि जे मैं अपना पोलीटिकल कैरियर पोलिटिक्स छड के 84 के केसां वाले पासे नू आया सी, वाहिगुरू उहदे च इह सफलता बख्श रहा। कम से कम मेरा ये मिशन दे विच परमात्मा अज रिजल्ट दे रहा, यह सफलता बख्श रहा। कम से कम इतिहास दे विच असीं इह कहण जोगे होईए जिन्हां ने नरसंहार किए, जिन्हां ने हजारां सिखां नू बेरहमी नाल मारिया, सिखां दीआं धीआं नू कुड़ियां नू दे नाल बुरा हाल किया, असीं उन्हां नू बख्शांगे नहीं बिल्कुल। मैनू हुण अगे जो जो इस केस दी डिवेलपमेंट होगी तुहानू दसदे रहांगे।